15-16 साल है जी। तो जी तिलक राज मेरे घरद्या ने इन्हों ने मारी है जी, नजायज संबंध है इन्होंने तिलकराज नाल जी, मेरे घर के वैफ दे। मैनु शक आ भी इन्होंने मारी हुई आ। मैनू खबर गई है इतों अपना चौंकी चो जो डैथ हो गई, उन्होंने पूरी हो गई, उन्होंने पूरी डैथ की शिकायत की थी। मैनू किवें मौत हुई है? मौत हुण ये कह नहीं सकते, इन्हें मारी है जी। किन्नी देर तुहाडा रह रही है तुहाडी घर दी? इहनूं हो गए ने चार महीने हो गए। किथे रह रहे सीगे? मोगा जी। की समझदे हो वी मौत किवें मारिया गया इहनूं जां की होया? हांजी इहनूं मारिया गया जी। तुहानूं किवें पता लग्गिया? मैनूं पता इदां लग्गा जी, मैनूं इह निक्की निक्की गल दी खबर करदे सी वी जो वी इहनां नाल नजायज़ संबंध हुंदे सी ओह बंदे नाल, ਉਹ ਮੈਨੂੰ ਖਬਰ ਪਹੁੰਚਾਉਂਦੇ ਸੀ। ਉਹ ਖਬਰ ਦੇ ਜ਼ਰੀਏ ਮੇਰੀ ਕੋਈ ਲੜਕੀ ਵੀ ਮਾਰਿਆ ਗਿਆ। ਤੁਹਾਡੇ ਵੱਲੋਂ ਜੇ ਹਾਈਵੇ ਜਾਮ ਕੀਤਾ ਗਿਆ, ਇਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? ਵਿਸ਼ਵਾਸਨ ਇਹ ਦਿੱਤਾ ਜੀ ਉਹਨੇ ਵੀ ਪੁਲਿਸ ਨੇ ਬਿਆਨ ਦਿੱਤੇ ਆ ਵੀ ਲੈਣੇ ਦਿਖਾਜ ਲੈ ਲਈ ਸਾਡੇ ਕੋਲੋਂ ਪੁਆਣੇ ਵੀ ਇਹ ਵੀ ਕਾਰਵਾਈ ਜੋ ਵੀ ਰਿਪੋਰਟ ਆਵੇਗੀ ਉਹਦੇ ਜ਼ਰੀਏ ਕਾਰਵਾਈ ਕੀਤੀ ਜਾਏ। ਕਾਰਨ ਇਸ ਦੀ ਜਿਹੜੀ ਵਾਈਫ ਆ ਜੀ ਰੀਤੂ ਔਰ ਇਹਨਾਂ ਦੇ ਹੀ ਪਿੰਡ ਦਾ ਇੱਕ ਰਹਿਣ ਵਾਲਾ ਤਿਲਕਰਾਜ ਨਾਂ ਦਾ ਬੰਦਾ ਵਾ, ਜਿਹਦੇ ਆਪਸ ਦੇ ਵਿੱਚ ਪਿਛਲੇ 6 ਸਾਲਾਂ ਤੋਂ ਜਿਹੜੇ ਸੁਲਝਾਏ ਨਜਾਇਜ਼ ਸਬੰਧ ਨੇ। ਇਹਨਾਂ ਨੇ ਪੰਚਾਇਤਾਂ ਦੇ ਰਾਹੀਂ ਵੀ ਕਾਫੀ ਫੈਸਲੇ ਕਰਾਏ ਆ ਪਰ ਉਹ ਦੋਵੇਂ ਮਤਲਬ ਸੁਧਰਨ ਦਾ ਨਾਂ ਨਹੀਂ ਲੈਂਦੇ। ਠੀਕ ਆ, ਹੁਣ ਪਿਛਲੇ 3-4 ਮਹੀਨੇ ਤੋਂ ਜਿਹੜਾ ਉਹ ਦੋਵੇਂ ਪਿੰਡ ਤੋਂ ਫਰਾਰ ਸੀ ਅਤੇ ਇਹਨਾਂ ਦੀਆਂ ਦੋ ਬੇਟੀਆਂ ਅਤੇ ਇੱਕ ਬੇਟੇ ਨੂੰ ਵੀ ਲੈ ਕੇ ਉਹ ਭੱਜੀ ਹੋਈ ਸੀ। ਇਹਦੇ ਲਈ ਬੇਟੀ ਦੀ ਜਿਹੜੀ ਉਮਰ ਕਰੀਬ 15-16 ਸਾਲ ਹੈਗੀ ਸੀ ਔਰ ਉਹਨੂੰ ਹਰ ਇੱਕ ਜਿਹੜਾ ਬੁਰੇ ਭਲੇ ਦੇ ਉਹ ਪਛਾਣ ਰੱਖਦੀ ਸੀ ਔਰ ਇਹਨਾਂ ਦੀ ਜੋ ਵੀ ਐਕਟੀਵਿਟੀ ਜੋ ਇਹਨਾਂ ਦੇ ਨਜਾਇਜ਼ ਸੰਬੰਧ ਸੀ ਉਹ ਆਪਣੇ ਪਿਤਾ ਨੂੰ ਦੱਸਦੀ ਸੀ। ਇਹਨਾਂ ਦੇ ਸੁਣਦੇ ਮੁਤਾਬਕ ਜਿਹੜਾ ਕਿ ਉਹ ਅਕਸਰ ਆਪਦੀ ਅਤੇ ਉਹਨੂੰ ਕੁੜਦੇ ਮਾਰਦੇ ਵੀ ਸੀ ਰਲ ਕੇ ਅਤੇ ਮਤਲਬ ਉਹ ਇਹਨੂੰ ਦੱਸਦੀ ਰਹਿੰਦੀ ਸੀ ਪ੍ਰੇਮ ਨੂੰ। ਹੁਣ ਕੱਲ੍ਹ ਇਹਨਾਂ ਨੂੰ ਇੱਥੋਂ ਫੋਕਲ ਪੁਆਇੰਟ ਚੌਂਕੀ ਤੋਂ ਫੋਨ ਗਿਆ ਵਾ ਆਪਣੇ ਮੁਲਾਜ਼ਮਾਂ ਦਾ ਕਿ ਤੁਹਾਡੀ ਲੜਕੀ ਦੀ ਡੈਥ ਹੋ ਗਈ ਆ ਅਤੇ ਲਾਸ਼ ਦੀ ਸ਼ਨਾਖਤ ਕਰਨ ਲਈ ਇੱਥੇ ਆਓ। ਇੱਥੇ ਆਣ ਕੇ ਇਹਨਾਂ ਨੂੰ ਪਤਾ ਲੱਗਾ ਵਾ ਕਿ ਵੀ ਜਿਹੜੀ ਮੇਰੀ ਲੜਕੀ ਨੂੰ ਜਿਹੜਾ ਇਹਨਾਂ ਨੇ ਆਪਣੇ ਰਾਸਤੇ ਦਾ ਜੋ ਰੋੜਾ ਸਮਝਦੇ ਸੀ ਉਹਨੂੰ ਹਟਾਉਣ ਲਈ ਇਹਨਾਂ ਨੇ ਮਾਰ ਦਿੱਤਾ ਵਾ। ਬਾਕੀ ਪਹਿਲਾਂ ਸਾਡੇ ਜਿਹੜੇ ਬਿਆਨ ਦਰਜ ਨਹੀਂ ਸੀ ਹੋ ਰਹੇ ਜਿਸ ਦੇ ਲਈ ਅਸੀਂ ਹਾਈਵੇ ਜਾਮ ਵੀ ਕੀਤਾ ਸੀ ਔਰ ਅਸੀਂ ਮਾਨਯੋਗ ਡੀ ਸੀ ਸਾਹਿਬ ਮੋਗਾ ਔਰ SSP ਸਾਹਿਬ ਮੋਗਾ ਦੇ ਕੋਲ ਦਰਖਾਸਤ ਦਿੱਤੀ। ਉਸ ਤੋਂ ਬਾਅਦ ਆਪਣੇ ਸੰਬੰਧਿਤ DSP ਸਾਹਿਬ ਇੱਥੇ ਆਏ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਵਾ ਅਤੇ ਸਾਡੇ ਬਿਆਨ ਵੀ ਦਰਜ ਕੀਤੇ ਆ ਜਿਹਨਾਂ ਦੀ ਕਾਪੀ ਸਾਨੂੰ DDR ਦੀ ਮਿਲ ਚੁੱਕੀ ਆ। ਠੀਕ ਹੈ ਜੀ, ਅਤੇ ਔਰ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਜੋ ਵੀ ਮਤਲਬ ਇਹਦੀ ਆਏਗੀ ਪੋਸਟਮਾਰਟਮ ਦੀ ਰਿਪੋਰਟ ਪੁਲਿਸ ਨੇ ਜਿਹੜਾ ਡਾਕਟਰਾਂ ਦਾ ਬੋਰਡ ਬਿਠਾ ਕੇ ਉਹਨਾਂ ਦਾ ਲੜਕੀ ਦਾ ਪੋਸਟਮਾਰਟਮ ਕਰਵਾ ਦਿੱਤਾ ਵਾ ਅਤੇ ਸਾਨੂੰ ਹੋਣ ਦੀ ਘੜੀ ਜਿਹੜਾ ਹੈਗਾ ਵਾ DSP ਸਾਹਿਬ ਦੇ ਵਿਸ਼ਵਾਸ ਆ ਕਿ ਜੋ ਇਹਦੇ ਨਾਲ ਜੋ ਇਸ ਟਾਈਮ ਇਹਦੇ ਨਾਲ ਬੀਤੀ ਆ ਇਹਨੂੰ ਇਨਸਾਫ ਦਵਾਇਆ ਜਾਊਗਾ। ਅਸੀਂ ਅੱਗੇ ਵੀ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਦੋਸ਼ੀ ਹੈਗੇ ਆ ਉਹਨਾਂ 'ਤੇ ਜੋ ਬਣਦੀ ਕਾਰਵਾਈ ਆ ਉਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ। ਅਸੀਂ ਤਾਂ ਇਹੀ ਪ੍ਰਸ਼ਾਸਨ ਫੋਕਲ ਪੁਆਇੰਟ ਥਾਣੇ ਦੇ ਬਾਹਰ ਲੜਕੀ ਦੀ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ ਰੋਡ 'ਤੇ, ਕੀ ਮਾਮਲਾ ਸਰ, ਕੀ ਕਾਰਵਾਈ? ਇਹ ਮਾਮਲਾ ਹੈਗਾ ਇੱਕ ਪ੍ਰੇਮ ਸਿੰਘ ਪਿੰਡ ਚਾਲਾਂ ਦਾ ਥਾਣਾ ਮੱਲਾਂ ਵਾਲਾ, ਉਹਦੀ ਵਾਈਫ ਦਾ ਨਾਮ ਹੈਗਾ ਰੀਤੂ। ਇਹਨਾਂ ਦੇ ਦੋ ਲੜਕੀਆਂ, ਇੱਕ ਲੜਕਾ, ਅਤੇ ਪਿਛਲੇ 5-6 ਸਾਲਾਂ ਤੋਂ ਇਹਨਾਂ ਦਾ ਜਿਹੜਾ ਨਾ ਆਪਸ 'ਚ ਡਿਸਪਿਊਟ ਚੱਲਦਾ ਸੀਗਾ, ਪੰਚਾਇਤਾਂ ਵੀ ਥਾਣੇ ਥੋੜ੍ਹੇ ਕਾਫੀ ਜਾਂਦੇ ਰਹੇ। ਹੁਣ ਪਿਛਲੇ ਕਰੀਬ 2.5 ਮਹੀਨਿਆਂ ਤੋਂ ਇਹ ਜਿਹੜੀ ਲੇਡੀ ਹੈ ਰੀਤੂ ਆਪਦੀਆਂ ਦੋ ਕੁੜੀਆਂ ਅਤੇ ਆਪਦੇ ਮੁੰਡੇ ਨੂੰ ਲੈ ਕੇ, ਪਹਿਲਾਂ ਤਾਂ ਇਹਦੀ ਭੈਣ ਸੀ ਅੰਮ੍ਰਿਤਸਰ, ਉੱਥੇ ਰਹਿੰਦੀ ਰਹੀ, ਹੁਣ ਇੱਥੇ ਅੰਮ੍ਰਿਤਸਰ ਮੋਗੇ ਵੀ ਇਹਦੀ ਇੱਕ ਭੈਣ ਸੀ, ਪਹਿਲਾਂ ਉਹਦੇ ਕੋਲ ਰਹੀ, ਫਿਰ ਹੁਣੇ ਆਪਦੇ ਭਰਾ ਦੇ ਕੋਲ ਰਹਿ ਰਹੀ ਸੀਗੀ। ਅਤੇ ਕੱਲ੍ਹ ਜਿਹੜੀ ਉਹ ਇਹਦੀ ਇੱਕ ਲੜਕੀ ਹੈਗੀ ਆ ਰਾਜਵੀਰ ਕੌਰ, ਉਹਦੀ ਡੈਥ ਹੋ ਗਈ ਬਿਮਾਰੀ ਤੋਂ ਬਾਅਦ। ਇਹ ਜਿਹੜੀ ਲੜਕੀ ਦੀ ਮਦਰ ਆ, ਉਹਦੇ ਕਹਿਣ ਦੇ ਅਨੁਸਾਰ ਵੀ ਉਹ ਜਿਹੜੇ ਉਹਦੇ ਸੈੱਲ ਵਗੈਰਾ ਘੱਟ ਗਏ ਸੀਗੇ, ਇੱਥੋਂ ਇਲਾਜ ਉਹਦਾ ਚੱਲਦਾ ਰਿਹਾ ਅਤੇ ਘਰ ਦੇ ਵਿੱਚ ਹੀ ਉਹਦੀ ਮੌਤ ਹੋਈ। ਉਹਦੀ ਅਸੀਂ 174 ਦੀ ਕਾਰਵਾਈ ਕਰ ਦਿੱਤੀ ਇਹਦੇ ਫਾਦਰ ਦੇ ਬਿਆਨਾਂ 'ਤੇ ਵੀ। ਉਸ ਤੋਂ ਬਾਅਦ ਜਿਹੜਾ ਉਹਦਾ ਫਾਦਰ ਆ, ਉਹ ਇੱਕ ਵਿਅਕਤੀ ਹੈਗਾ ਤਿਲਕਰਾਜ, ਉਹ ਵੀ ਉਸੇ ਪਿੰਡ ਦਾ ਹੀ ਹੈ, ਉਹ ਸ਼ੱਕ ਕਰਦਾ ਹੈ ਕਿ ਇਹ ਜਿਹੜਾ ਇਹ ਤਿਲਕਰਾਜ ਆ ਉਹ ਇਹਦੇ ਕੋਲ ਆ ਕੇ ਰਹਿੰਦਾ ਅਤੇ ਉਹਨੂੰ ਸ਼ੱਕ ਹੈ ਵੀ ਜਿਹੜੀ ਇਹ ਲੜਕੀ ਆ ਉਹਦਾ ਵੀ ਉਹਨੇ ਇਹਦੇ ਨਾਲ ਰਲ ਕੇ ਅਤੇ ਕਤਲ ਕੀਤਾ। ਉਹਦੇ ਸੰਬੰਧੀ ਇਹਨਾਂ ਨੇ ਇੱਥੇ ਡੈਡ ਬੋਡੀ ਰੱਖ ਕੇ ਅਤੇ ਸੜਕ ਜਾਮ ਕੀਤੀ ਸੀ, ਇਹਨਾਂ ਨੂੰ ਸਮਝਾਇਆ, ਇਹਨਾਂ ਦੀ ਅਸੀਂ ਕੰਪਲੇਂਟ ਲੈ ਲਈ ਆ, ਉਹ ਅਸੀਂ DDR ਲਿਖ ਲਈ ਹੈ, ਉਹਦੀ ਕਾਪੀ ਵੀ ਇਹਨਾਂ ਨੂੰ ਦੇ ਦਿੱਤੀ। ਇਹਨਾਂ ਨੂੰ ਦੱਸਿਆ ਵੀ ਜਿਹੜੇ ਅਸੀਂ ਇਹਦੀ ਜੋ ਵੀ ਐਵੀਡੈਂਸ ਹੋਊਗੀ, ਸਾਇੰਟੀਫਿਕ ਐਵੀਡੈਂਸ ਹੋਊਗੀ, ਪਲੱਸ ਜਿਹੜਾ ਡਾਕਟਰਾਂ ਦਾ ਬੋਰਡ ਬਣਿਆ ਉਹ ਤੋਂ ਜਿਹੜੀ ਵੀ ਰਿਪੋਰਟ ਆਊਗੀ, ਉਸ ਰਿਪੋਰਟ ਦੇ ਹਿਸਾਬ ਨਾਲ ਜਿਹੜੀ ਵੀ ਬਣਦੀ ਕਾਰਵਾਈ ਹੋਊਗੀ ਅਸੀਂ ਉਹ ਅਮਲ 'ਚ ਲਿਆਵਾਂਗੇ ਅਤੇ ਇਹ ਸਾਡੇ ਨਾਲ ਸਹਿਮਤ ਹੋ ਕੇ ਇਹਨਾਂ ਨੇ ਧਰਨਾ ਚੱਕ ਲਿਆ।
मौत किवें हुई है जी, कुछ पता लगा जी? हाँ जी, मौत किवें हुई है? मौत तो मैं दस रहा कि उन्होंने परिवार के कहने अनुसार सैल घट गए थे, उन्होंने रिपोर्टा हुई जिते जिते इलाज होया वो भी उन्होंने सारा रिकॉर्ड दिता। उस तो अलावा जो डॉक्टर का बोर्ड बन गया वो मौत के जोड़े कारण की पुष्टि बोर्ड करेगा।